ਅਸਲਾਮੁਅਲੈਕਮ ਤੇ ਕੀ ਹਾਲ ਚਾਲ ਹੈ ਜੀ ਉਸਰਾ ਉਸੇ ਤਾਂ ਤਬੀਤਾਂ ਕੈਸੀਆਂ ਨੇ ਉਮੀਦ ਕਰਦੇ ਆ ਸਭ ਪ੍ਰਾਪਤ ਕਿਤ ਨਾਲ ਹੋਣਗੇ ਮਜ਼ੇ ਨਾਲ ਹੋਣਗੇ ਤੁਹਾਨੂੰ ਦਿਖਾਣਾ ਤੇ ਕਬੂਤਰ ਸੀ ਮਦਰ ਦੇ ਨਾਲ ਤੁਹਾਨੂੰ ਥੋੜਾ ਸਾਰਾ ਬਾਕੀ ਹੈ ਜੀ ਸਲਾਦ ਦੀ ਛੋਟੇ ਮੋਟੇ ਇੱਕ ਸਾਡੇ ਦੋਸਤ ਨੇ ਬੜੇ ਪਿਆਰ ਵਾਲੇ ਪੂਰਨ ਮੀਰ ਸਾਹਿਬ ਉਹਨਾਂ ਦੇ ਨਾਲ ਮੈਂ ਇੱਕ ਉਸਤਾਦ ਹੋਰਾਂ ਦਾ ਸ਼ੌਕ ਕਰਨ ਗਿਆ ਸ਼ੌਕ 'ਚ ਆ ਕੇ ਦੇਖਿਆ ਬੜਾ ਮਜ਼ਾ ਆਇਆ ਚੰਗੇ ਕਬੂਤਰ ਸਨ ਪੁਰਾਣੇ ਖਿਲਾੜੀ ਸਨ ਅੱਛੇ ਕਬੂਤਰ ਛਾਣ ਕੇ ਬਣਾਏ ਵਾਸੀ ਦਾ ਪੁੱਛਣ ਕੋ ਕੋਈ ਪਸੰਦ ਹੈ ਅਤੇ ਕੋਈ ਬੱਚਾ ਬੁੱਚਾ ਲੈ ਜਾਓ ਅਤੇ ਮੈਂ ਕਿਹਾ ਨਹੀਂ ਸਾਜੀ ਬਹੁਤ ਸ਼ੁਕਰੀਆ ਮੈਂ ਨਹੀਂ ਜਾਂਦਾ ਆਏ ਵਾਪਸ ਅਤੇ ਮੈਂ ਦੂਜੇ ਤੀਜੇ ਦਿਨ ਪੁੱਛਿਆ ਮੀਰ ਸਾਹਿਬ ਨੂੰ ਮੈਂ ਕਿਹਾ ਮੀਰ ਸਾਹਿਬ ਉਹਨਾਂ ਕੋਲ ਫਲਾਣਾ ਫਲਾਣਾ ਜਿਹੜਾ ਜੋੜਾ ਹੈ ਉਹਦਾ ਕੋਈ ਪੱਠਾ ਪੱਠੀ ਮੁੱਲ ਪੁੱਛੋ ਕੀ ਕਿਸ ਤਰ੍ਹਾਂ ਦਿੰਦੇ ਨੇ ਮੀਰ ਸਾਹਿਬ ਕਹਿਣ ਲੱਗਾ ਖੁਦਾ ਦਿਓ ਬੰਦੇ ਉਹ ਬੜੇ ਮਹਿੰਗੇ ਦਿੰਦੇ ਨੇ ਅਤੇ ਤੁਸਾਂ ਲੈ ਕੇ ਕੀ ਕਰਨੇ ਨੇ ਇੰਨੇ ਮਹਿੰਗੇ ਰਹਿੰਦੋ ਮੇਰੇ ਕੋਲ ਘਰ ਪਿਓਰ ਜੋੜਾ ਪਿਆ ਦਾ ਉਹੀ ਲਿਆਓ ਤਾਂ ਲਿਆ ਕੇ ਬੱਚੇ ਕਢਾਓ ਮੀਰ ਸਾਹਿਬ ਨੇ ਪੂਰੇ ਖਲੂਸ ਦੇ ਨਾਲ ਉਹਨੂੰ ਜੋੜਾ ਲਿਆ ਕੇ ਦੇ ਦਿੱਤਾ ਨਾ ਮੈਂ ਉਸ ਬਰੀਡ ਦਾ ਨਾਂ ਲੈਣਾ ਅਤੇ ਨਾ ਉਹ ਉਸਤਾਦ ਹੋਰਾਂ ਦਾ ਨਾਂ ਲੈਣਾ ਕਿਉਂਕਿ ਅੱਛਾ ਨਹੀਂ ਲੱਗਦਾ ਉਸਤਾਦ ਜੀ ਇਹਨਾਂ ਨੂੰ ਆਖਣ ਮੇਰਾ ਵਿਕਦਾ ਜੋੜਾ ਇਹਨਾਂ ਰੋਕ ਛੜਿਆ ਮੀਰ ਸਾਹਿਬ ਨੇ ਜੋੜਾ ਮੈਨੂੰ ਦਿੱਤਾ ਪੂਰਾ ਪੂਰਾ ਤਿਆਰ ਜੋੜਾ ਟਸ਼ਨਾ ਨਾਲ ਮੇਰੇ ਕੋਲ ਸਾਹ ਲਿਖ ਰਿਹਾ ਉਹ ਬੱਚੇ ਐਡੇ ਕੁ ਕਰਦਾ ਸੀ ਅਤੇ ਉਹ ਬੱਚੇ ਮਰ ਜਾਂਦੇ ਸਨ ਉਹ ਛੱਡ ਦਿੱਤਾ ਸੀ ਜੋੜੇ ਪਾ ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਮੈਂ ਬੱਚੇ ਜਿਹੜਾ ਜੋੜੇ ਥਲੀ ਪਲਵਾਨਾ ਆਂਡੇ ਨਹੀਂ ਮੈਂ ਫੇਰਦਾ ਸਾਲ ਦੇ ਲਗਭਗ ਉਹ ਰਿਹਾ ਮੇਰੇ ਕੋਲ ਜੋੜਾ ਅਤੇ ਉਹ ਬੱਚਾ ਬਰੀਡਿੰਗ ਕੋਈ ਨਾ ਹੋਈ ਇੱਕ ਦਿਨ ਐਵੇਂ ਮੇਰਾ ਬਾਈ ਚਾਂਸ ਧਿਆਨ ਪਿਆ ਅਤੇ ਮਾਦੀ ਨੇ ਥੋੜ੍ਹੀ ਸਾਰੀ ਝੁੰਮ ਮਾਰੀ ਹੋਈ ਮੈਂ ਮਾਦੀ ਫੜੀ ਚੈੱਕ ਕੀਤੀ ਮਾਦੀ ਸਿੱਪ ਕੱਢ ਗਈ ਸੀ ਪੂਰੀ ਸੁੱਕ ਗਈ ਸੀ ਮਾਦੀ ਮੈਂ ਕਿਹਾ ਉਹਲਾ ਦੇ ਉੱਪਰ ਦਿਓ ਤੂੰ ਤਾਂ ਮੇਰੇ ਕੋਲ ਮਾਨਤ ਆਈ ਸਾ ਅਤੇ ਖਿਆਲਤ ਹੋ ਜਾਣੀ ਹੈ ਮੈਂ ਤਾਂ ਰੈਗੂਲਰ ਕਬੂਤਰਬਾਜ਼ਾਂ ਵਾਲਾ ਕੰਮ ਹੋ ਜਾਣਾ ਖਾਂਗਾ ਮਰ ਗਿਆ ਮੈਂ ਜਨਾਬ ਬੜੀ ਸੇਵਾ ਕੀਤੀ ਬੜਾ ਤੋਜੋ ਕਰਕੇ ਨਾ ਮਹੀਨੇ ਦੇ ਵਿੱਚ ਵਿੱਚ ਉਹ ਮਾਦੀ ਪੂਰੀ ਮੁਕੰਮਲ ਕਰ ਦਿੱਤੀ ਯਾਨੀ ਕਿ ਪੂਰੀ ਹੈਲਥੀ ਹੋ ਗਈ ਮਾਦੀ ਪੂਰੀ ਹੈਲਥੀ ਹੋ ਗਈ ਮੈਂ ਸ਼ੁਕਰ ਕੀਤਾ ਖੁਦਾ ਦਾ ਮੈਂ ਮੀਰ ਸਾਹਿਬ ਨੂੰ ਫੋਨ ਕੀਤਾ ਮੀਰ ਸਾਹਿਬ ਕਿੱਥੇ ਹੋ ਕਹਿਣ ਲੱਗੇ ਮੈਂ ਫਲਾਂ ਜਗ੍ਹਾ 'ਤੇ ਮੈਮ ਆਇਆ ਜੇ ਖਲੋਇਓ ਉੱਥੇ ਗਿਆ ਉੱਥੇ ਦੁਕਾਨ 'ਤੇ ਬੈਠੇ ਸਨ ਮੈਂ ਜੋੜਾ ਹੀ ਫੜਿਆ ਸ਼ੁਕਰੀਆ ਨਾਲ ਮੀਰ ਸਾਹਿਬ ਨੂੰ ਵਾਪਸ ਕਰ ਮੀਰ ਸਾਹਿਬ ਮੈਂ ਤੁਹਾਡਾ ਜੋੜਾ ਮਾਰ ਇਹ ਕਿਉਂ ਲੈਂਦਾ ਜੀ ਮੈਂ ਕਿਹਾ ਮੀਰ ਸਾਹਿਬ ਮਾਦੀ ਮਰ ਚੁੱਕੀ ਸੀ ਬਹੁਤ ਮੁਸ਼ਕਲ ਵਿੱਚ ਆਈ ਹੈ ਬਸ ਸਨ ਲੱਭ ਪਿਓ ਕਹਿੰਦੇ ਯਾਰ ਮਰ ਜਾਂਦੀ ਤਾਂ ਫਿਰ ਕੀ ਗੱਲ ਸੀ ਪਰ ਮੈਂ ਕਿਹਾ ਮੀਰ ਸਾਹਿਬ ਮਰ ਜਾਂਦੀ ਤਾਂ ਮੇਰੇ ਸਿਰ 'ਤੇ ਆਉਣੀ ਸੀ ਨਾ ਕਿ ਮਰ ਗਈ ਜਾ ਕੇ ਉੱਥੇ ਐਸ ਨਹੀਂ ਅੱਜ ਮੈਂ ਫਿਰ ਇੱਕ ਮਾਂਗੇ ਦਾ ਜੋੜਾ ਲਿਆਂਦਾ ਦੋਸਤ ਕੋਲ ਮੈਂ ਕਬੂਤਰ ਦੇਖਿਆ ਬੜਾ ਸ਼ਾਨਦਾਰ ਸੀ ਮੈਂ ਉਹਨੂੰ ਕਿਹਾ ਯਾਰ ਮੈਨੂੰ ਇਹਦੇ ਬੱਚੇ ਦੇਣੇ ਨੇ ਉਹਨੇ ਕਿਹਾ ਭਾਅ ਜੀ ਤੁਸੀਂ ਕਬੂਤਰ ਲੈ ਜਾਓ ਮੈਂ ਕਿਹਾ ਯਾਰ ਫਿਰ ਮੈਨੂੰ ਇਹਦੇ ਨਾਲ ਦੀ ਮਾਦੀ ਕੋਲ ਲੱਭ ਲੈਂਦੇ ਅਤੇ ਫਿਰ ਮੈਂ ਤੇਰੇ ਕੋਲ ਲੈ ਜਾਵਾਂਗਾ ਇੱਕ ਜਗ੍ਹਾ ਮੈਂ ਗਿਆ ਛੋਟਾ ਵੀਰ ਆਪਣਾ ਉਹਦੇ ਕੋਲ ਗਿਆ ਉਹ ਮਾਦੀ ਮੈਨੂੰ ਪਸੰਦ ਆਈ ਮੈਂ ਕਿਹਾ ਕੋਈ ਜੋੜਾ ਰਲ ਸਕਦਾ ਮੈਂ ਕਿਹਾ ਯਾਰ ਮੈਨੂੰ ਮਾਦੀ ਦੇ ਦਿਓ ਮੈਂ ਬੱਚੇ ਕਢਾਉਣੇ ਨੇ ਉਹਨੇ ਕਿਹਾ ਮੈਰ ਬਾਈ ਜਦੋਂ ਦਿਲ ਕਰੇ ਲਾਈ ਘਰ ਆਇਆ ਮੈਂ ਉਹਨੂੰ ਕਿਹਾ ਮੈਂ ਯਾਰ ਉਹ ਮੈਨੂੰ ਮਾਦੀ ਮਿਲ ਗਈ ਤਾਂ ਕਬੂਤਰ ਜਿਹੜਾ ਤੂੰ ਤਿਆਰ ਕਰ ਉਹਨੇ ਕਿਹਾ ਜਦੋਂ ਯਾਰ ਦਿਲ ਕਰੇ ਤੂੰ ਲੈ ਜਾਈ ਹੁਣ ਉਹ ਮਾਦੀ ਲਿਆਉਣ 'ਤੇ ਮੇਰਾ ਹੌਸਲਾ ਨਾ ਪਏ ਕਿਉਂਕਿ ਮੇਰਾ ਉਹਦੇ ਨਾਲ ਇੰਨੀ ਪ੍ਰੀਤ ਨਹੀਂ ਸੀ ਉਸ ਬੰਦੇ ਨਾਲ ਜਿਹਨ ਕਿ ਨਾ ਪੁਰਾਣਾ ਤਲਕ ਨਹੀਂ ਸੀ ਜਿਹਦੇ ਕੋਲ ਨਰ ਸੀ ਇਹਦੇ ਨਾਲ ਤਾਂ ਬਚਪਨ ਦਾ ਮੇਰਾ ਦੋਸਤ ਆ ਮਤਲਬ ਕਾਸਮ ਮੇਰਾ ਦੋਸਤ ਹੈ ਬਚਪਨ ਦਾ ਹੀ ਉਹਦੇ ਕੋਲ ਮੈਨੂੰ ਹੌਸਲਾ ਨਾ ਪਿਆ ਮੈਂ ਉਹਨੂੰ ਕਿਹਾ ਯਾਰ ਮਲਕ ਮੇਰਾ ਦਿਲ ਨਹੀਂ ਕਰਦਾ ਪਿਆ ਮਾਦੀ ਉੱਥੋਂ ਲਿਆਉਣ 'ਤੇ ਹੱਸਣ ਲੱਗ ਪਿਆ ਉਹਨੇ ਕਿਹਾ ਯਾਰ ਮੈਂ ਉਹਦੇ ਨਾਲ ਮਾਦੀ ਵੀ ਲਾਈ ਸੀ ਜਿਹੜੀ ਤੂੰ ਵੀ ਲਾਈ ਆ ਨਾਲ ਹੀ ਉਹਦੇ ਬੱਚੇ ਕਢਾ ਬੜਾ ਅੱਛਾ ਜੋੜਾ ਹੀ ਮੈਂ ਕਿਹਾ ਮੈਨੂੰ ਮਾਦੀ ਦੇ ਚੈੱਕ ਕਰਾਈ ਉਹਨੇ ਮਾਦੀ ਚੈੱਕ ਕਰਾਈ ਦੋਵੇਂ ਲਾਜਵਾਬ ਆਹੋ ਤੁਹਾਨੂੰ ਨਰ ਦਿਖਾਉਂਦੇ ਹਾਂ ਜੀ ਜਿਹੜਾ ਵੇਖ ਕੇ ਮੈਂ ਰਹਿ ਨਹੀਂ ਸਕਿਆ ਅਤੇ ਮੈਂ ਉਹਨੂੰ ਕਿਹਾ ਯਾਰ ਮੈਨੂੰ ਉਹਦੇ ਬੱਚੇ ਦੇਣੇ ਨਹੀਂ ਦੌਰਾਨ ਬਾਈ ਪਿਛਲੀ ਸਾਈਡ 'ਤੇ ਆਓ ਇੱਥੇ ਇਹ ਨਾਰੇ ਵਾਪਸੀ ਅਸੀਂ ਹੁਣ ਹੀ ਲੈ ਕੇ ਹੀ ਆਏ ਹਾਂ ਜੋੜਾ ਹੀ ਠੀਕ ਹੈ ਉਹਨਾਂ ਮਲਿਕ ਸਾਹਿਬ ਨੇ ਐਂ ਜੀ ਕੱਟ ਕੇ ਸੁੱਟੇ ਦੇ ਸਨ ਮਜ਼ੇ ਦੀ ਗੱਲ ਹੈ ਤੁਸੀਂ ਅੱਖ ਵੇਖ ਕੇ ਰਹਿ ਜਾਣਾ ਤੁਸਾਂ ਵੀ ਵੀਰਾ ਭਰਾਵਾਂ ਨੇ ਬਿਸਮਿਲਲਾ ਰਹਿਮਾਨ ਰਹੀਮ ਅਤੇ ਮਾਸ਼ਾਅੱਲਾ ਜ਼ਰੂਰ ਕਹਿਣਾ ਜੀ ਯਾਰ ਜਨਾਨ ਬਾਈ ਜ਼ਰਾ ਜ਼ੂਮ ਕਰੋ ਅੱਖ ਨੂੰ ਜ਼ਰਾ ਦੋਸਤਾਂ ਭਰਾਵਾਂ ਨੂੰ ਮਜ਼ਾ ਆਏ ਜ਼ਰਾ ਰੱਖਦਾ ਇਹੋ ਜਿਹੇ ਪੁੱਤ ਜੰਮਣ ਮਾਵਾਂ ਕਿਧਰੇ ਕਿਧਰੇ ਕੋਈ ਹੈ
ਮਾਦੀ ਵੀ ਤੁਹਾਨੂੰ ਦਿਖਾਈ ਹੈ ਇਹਦੀ ਜੀ ਜਿਹੜੀ ਮਲਿਕ ਸਾਹਿਬ ਨੇ ਨਾਲ ਲਗਾਈ ਦੀ ਸੀ ਪੌਜ਼ ਕਰੋ ਜੀ ਇਹ ਮਾਦੀ ਉਹਦੇ ਨਾਲ ਜੀ ਲਾਈ ਦੀ ਮਲਿਕ ਸਾਹਿਬ ਨੇ ਮਾਸ਼ਾਅੱਲਾ ਵੀ ਅੱਲਾ ਕਰੇ ਜੀ ਮੇਰੇ ਕੋਲ ਦੋ ਕੁ ਝੋਲੀਆਂ ਮੈਨੂੰ ਦੇ ਛੜੇ ਅਤੇ ਉਹਨਾਂ ਦੀ ਮਾਨਤ ਵਾਪਸ ਕਰੀਏ ਉਹਨਾਂ ਨਾਲ ਵੀ ਬੜਾ ਹੀ ਪਿਆਰ ਵਾਲਾ ਜੋੜਾ ਹੈ ਉਹਨਾਂ ਦਾ ਅੱਖ ਦਾ ਜ਼ੂਮ ਕਰਕੇ ਦੋਸਤਾਂ ਨੂੰ ਦਿਖਾਓ ਜੀ ਹੋਰ ਮਜ਼ੀਦ ਅਤੇ ਕਮੈਂਟਸ 'ਚ ਜ਼ਰੂਰ ਦੱਸਣਾ ਹੈ ਕਿ ਜੋੜਾ ਕੈਸਾ ਮਲਿਕ ਸਾਹਿਬ ਨੇ ਲਾਇਆ ਤਾ ਅਤੇ ਕਿਹਾ ਮੈਂ ਕੋਈ ਕੁਤਾਹੀ ਤਾਂ ਨਹੀਂ ਕੀਤੀ ਜਾਂ ਕੋਈ ਗਲਤ ਤਾਂ ਨਹੀਂ ਪਸੰਦ ਕੀਤਾ ਕਬੂਤਰ ਉਹਨਾਂ ਕੋਲੋਂ ਕਿ ਯਾਰ ਮੈਨੂੰ ਇਹਦੇ ਬੱਚੇ ਦਿਓ ਇਹ ਵੀ ਬਟੇਰੀ ਮਾਦੀ ਹੈ ਜੀ ਲਓ ਜੀ ਦੋਸਤੋ ਦੁਆਵਾਂ 'ਚ ਯਾਦ ਰੱਖਿਓ ਸਭ ਤੋਂ ਪਹਿਲਾਂ ਇਹ ਨਾਲ ਲੈਸਨ ਵੀ ਹੈ ਤੁਹਾਡੇ ਦੋਸਤਾਂ ਲਈ ਇੱਕ ਸਬਕ ਹੈ ਅਤੇ ਗੁਜ਼ਾਰਿਸ਼ ਵੀ ਹੈ ਕਿ ਜਦੋਂ ਕਿਤੇ ਮਾਨਤਨ ਚੀਜ਼ ਲਿਆਓ ਅਤੇ ਉਹ ਵਾਪਸ ਜ਼ਰੂਰ ਕਰੋ ਠੀਕ ਹੈ ਇਹ ਪਰਾਂ ਦੀ ਮੁੱਠ ਹੁੰਦੀ ਹੈ ਦੂਜੇ ਲਫ਼ਜ਼ਾਂ 'ਚ ਸਾਡੇ ਪੰਜਾਬੀ ਦਾ ਮੁਹਾਵਰਾ ਕਿ ਬਿੱਲੀ ਕੁੱਤੇ ਦਾ ਮਾਲ ਹੈ ਮਗਰ ਇਨਸਾਨ ਸਾਰੀ ਜ਼ਿੰਦਗੀ ਮੱਥੇ ਲੱਗੇ ਲੱਗਦੇ ਨੇ ਅਤੇ ਇੱਕ ਦਫ਼ਾ ਇਹੋ ਜਿਹੀ ਬਦਨਾਮੀ ਮੱਥੇ ਲੱਗ ਜਾਏ ਅਤੇ ਫਿਰ ਸਾਰੀ ਜ਼ਿੰਦਗੀ ਮੱਥੇ 'ਤੇ ਰਹਿੰਦੀ ਹੈ ਇਸ ਵਾਸਤੇ ਕਿਸੇ ਕੋਲ ਵੀ ਦੋਸਤ ਭਰਾ ਕੋਲ ਮਾਨਤਨ ਚੀਜ਼ ਲਿਆਓ ਅਤੇ ਤਿਆਤ ਨਾਲ ਉਹਨੂੰ ਸਾਂਭ ਕੇ ਰੱਖੋ ਉਹਦੀ ਕੇਅਰ ਕਰੋ ਅਤੇ ਫਿਰ ਸ਼ੁਕਰੀਆ ਨਾਲ ਅਗਲੇ ਨੂੰ ਵਾਪਸ ਕਰੋ ਬੜੀ ਮਿਹਰਬਾਨੀ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼ ਰੱਬ ਰਾਖਾ ਜੀ ਅਸਲਾਮ ਵਾਲੇ